ਜਲੰਧਰ ਫੋਕਲ ਪੁਆਇੰਟ ਤੋਂ ਟਰਾਂਸਪੋਰਟ ਨਗਰ ਵੱਲ ਜਾਂਦੇ ਫਲਾਈਓਵਰ ਤੇ ਇੱਕ ਟਰੱਕ ਰੇਲਿੰਗ ਤੋੜ ਕੇ ਸਿੱਧਾ ਹੇਠਾਂ ਆਟੋ ਤੇ ਆ ਡਿੱਗਿਆ, ਜਿਸ ਕਾਰਨ ਆਟੋ ਪੂਰੀ ਤਰ੍ਹਾਂ ਕੁਚਲਿਆ ਗਿਆ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਹੋਰ ਰਾਹਗੀਰ ਟਰੱਕ ਦੇ ਟਾਇਰ ਦੀ ਲਪੇਟ ਵਿੱਚ ਆਉਂਦਾ ਵਾਲ-ਵਾਲ ਵੱਜ ਗਿਆ। ਗਨੀਮਤ ਇਹ ਰਹੀ ਕਿ ਆਟੋ ਵਿੱਚ ਸਵਾਰੀਆਂ ਨਹੀਂ ਸਨ, ਪਰ ਆਟੋ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਟਰੱਕ ਡਰਾਈਵਰ ਦੇ ਵੀ ਜ਼ਖਮੀ ਹੋਣ ਦੀ ਖਬਰ ਮਿਲੀ ਹੈ, ਪਰ ਦੋਨੋਂ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਨੇ।